सियासत व्यापार खेडां ते फिल्म जगत दे नाल देश दुनिया की हर वड्डी खबर दे लई हुणे डाउनलोड करो देश की नंबर वन न्यूज़ ऐप दैनिक सवेरा टाइम्स। ਘੱਲੂਘਾਰੇ ਦਿਵਸ ਦੀ 36ਵੀਂ ਵਰ੍ਹੇਗੰਢ ਦੇ ਉੱਤੇ ਅਕਾਲ ਤਖਤ ਦੇ ਜਥੇਦਾਰ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਹੈ ਕਿ ਜਿਹੜਾ ਖਾਲੀ ਸਥਾਨ ਹੈ ਅਗਰ ਕੇਂਦਰ ਉਸ ਦੀ ਪ੍ਰਵਾਨਗੀ ਦੇਵੇ ਤਾਂ ਉਹ ਸਵੀਕਾਰ ਕੀਤਾ ਜਾਵੇਗਾ। ਇਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਹੈਗੇ ਹੈ ਡਾਕਟਰ ਦਲਜੀਤ ਸਿੰਘ ਚੀਮਾ। ਗੱਲ ਕਰਦੇ ਹਾਂ ਚੀਮਾ ਸਾਹਿਬ, ਕਿਸ ਤਰੀਕੇ ਨਾਲ ਤੁਸੀਂ ਇਸ ਸਟੇਟਮੈਂਟ ਨੂੰ ਦੇਖਦੇ ਹੋ ਜਿਹੜੇ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੱਲੋਂ? ਦੇਖੋ, ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਘੱਲੂਘਾਰਾ ਜਿਹੜਾ ਉਸ ਵੇਲੇ ਦੀ ਕਾਂਗਰਸ ਸਰਕਾਰ ਦਾ ਇੱਕ ਬਹੁਤ ਵੱਡਾ ਜ਼ੁਲਮ ਅਤੇ ਬੇਇਨਸਾਫੀ ਸੀ ਕਿ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ, ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ, ਤੋਪਾਂ ਦੇ ਨਾਲ ਜਿਹੜੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਟੈਟਰ ਕੀਤਾ ਗਿਆ, ਬਹੁਤ ਸਾਰੇ ਸਿੰਘ ਬਹੁਤ ਸਾਰੇ ਸ਼ਰਧਾਲੂ ਉਹਦੇ ਵਿੱਚ ਸ਼ਹੀਦ ਹੋਏ। ਇਸ ਕਰਕੇ ਅੱਜ ਦਾ ਜਿਹੜਾ ਦਿਨ ਹੈ ਉਸ ਦਰਦਨਾਕ ਜਿਹੜਾ ਇਤਿਹਾਸ ਹੈ ਉਹਦੀ ਯਾਦ ਕਰਦਾ ਔਰ ਹਰ ਵਾਰੀ ਉਸ ਯਾਦ ਦੇ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਜਿਹੜਾ ਹੈਗਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆਯੋਜਿਤ ਕੀਤਾ ਜਾਂਦਾ, ਜਿੱਥੇ ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ, ਕੀਰਤਨ ਹੁੰਦਾ, ਸਿੰਘ ਸਾਹਿਬ ਸੰਬੋਧਨ ਕਰਦੇ ਆ ਔਰ ਸਾਰੀ ਕੌਮ ਜਿਹੜੀ ਹੈ ਕਿਤੇ ਵੀ ਦੁਨੀਆਂ ਦੇ ਵਿੱਚ ਕੋਈ ਸਿੱਖ ਬੈਠਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਔਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਜਹੇਦਲ ਸਾਹਿਬ ਦਾ ਜਿਹੜਾ ਰੁਤਬਾ ਉਹ ਪੰਥ ਦੇ ਵਿੱਚ ਬਹੁਤ ਵੱਡਾ ਰੁਤਬਾ, ਬਹੁਤ ਵੱਡਾ ਸਨਮਾਨ ਵਾਲਾ ਰੁਤਬਾ। ਭਾਵੇਂ ਧਾਰਮਿਕ ਤੌਰ 'ਤੇ ਸਾਰੀ ਜਿਹੜੀ ਕੌਮ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਸੀਧ ਰਹਿੰਦੀ ਹੈ, ਪਰ ਬਹੁਤ ਸਾਰੇ ਕੌਮ ਦੇ ਵਿੱਚ ਵੱਖ ਵੱਖ ਵਿਚਾਰਧਾਰਾਵਾਂ ਵੀ ਹੁੰਦੀਆਂ, ਰਾਜਨੀਤਿਕ ਵਿਚਾਰਧਾਰਾਵਾਂ ਵੱਖਰੀਆਂ ਵੱਖਰੀਆਂ ਹੁੰਦੀਆਂ। ਸੋ ਸਾਰੀਆਂ ਵਿਚਾਰਧਾਰਾਵਾਂ ਦੇ ਲੋਕ ਉੱਥੇ ਜਿਹੜੀ ਆ ਸੰਗਤ ਰੂਪ ਦੇ ਵਿੱਚ ਇਸ ਦਿਨ ਦੇ ਉੱਤੇ ਸ਼ਾਮਿਲ ਹੁੰਦੇ। ਇਸ ਲਈ ਮੈਂ ਨਹੀਂ ਸਮਝਦਾ ਕਿ ਜਥੇਦਾਰ ਜੀ ਨੇ ਕੋਈ ਉੱਥੇ ਕੈਟੇਗੋਰੀਕਲੀ ਸਟੇਟਮੈਂਟ ਜਿਹੜੀ ਆਪਣੇ ਸੰਬੋਧਨ ਦੇ ਵਿੱਚ ਜੇ ਕਿਤੇ ਹੋਰ ਕੀ। ਇੱਕ ਪੁਆਇੰਟਡ ਕੁਐਸਚਨ ਵਾਰ ਵਾਰ ਕਿਸੇ ਪੱਤਰਕਾਰ ਦੇ ਉੱਤੇ ਉਹਨਾਂ ਦਾ ਜੋ ਰਿਐਕਸ਼ਨ ਹੈ ਉਹਨੂੰ ਇਸ ਰੂਪ ਦੇ ਵਿੱਚ ਪੇਸ਼ ਕਰਨਾ ਕਿਸੇ ਤਰੀਕੇ ਵੀ ਜਾਇਜ਼ ਨਹੀਂ। ਉਹ ਇੱਕ ਵੱਡੀ ਸਾਂਝੀ ਹਸਤੀ, ਵਿਚਾਰਧਾਰਾਵਾਂ ਸਾਰਿਆਂ ਦੀਆਂ ਅਲੱਗ ਅਲੱਗ, ਕੋਈ ਡੈਮੋਕ੍ਰੈਟਿਕ ਵਿਚਾਰਧਾਰਾ ਨਾਲ ਚੱਲ ਰਿਹਾ, ਕੋਈ ਆਪਣੀ ਵੱਖਰੀ ਵਿਚਾਰਧਾਰਾ ਹੋ ਸਕਦੀ ਹੈ, ਕਿਸੇ ਦੀ ਕੋਈ ਹੋ ਸਕਦੀ ਹੈ ਔਰ ਪੀਸਫੁੱਲ ਤਰੀਕੇ ਦੇ ਨਾਲ ਕੋਈ ਵੀ ਆਪਣੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾ ਸਕਦਾ। ਸਾਡੀਆਂ ਦੇਸ਼ ਦੀਆਂ ਅਦਾਲਤਾਂ ਨੇ ਵੀ ਅੱਗੇ ਇਹਦੇ 'ਤੇ ਬਹੁਤ ਵਾਰੀ ਫੈਸਲੇ ਦਿੱਤੇ। ਇਸ ਕਰਕੇ ਅਨਸੈਸਰਲੀ ਜਿਹੜੀ ਹੈਗੀ ਆ ਪਹਿਲਾਂ ਪੁਆਇੰਟਡ ਕੁਐਸਚਨ ਕਰਕੇ ਅਤੇ ਫਿਰ ਜਥੇਦਾਰ ਜੀ ਦਾ ਉਹਦੇ 'ਤੇ ਜਿਹੜਾ ਹੈਗਾ ਸਿੰਪਲ ਜਿਹਾ ਰਿਐਕਸ਼ਨ ਉਹਨੂੰ ਇਸ ਤਰੀਕੇ ਪੇਸ਼ ਕਰਨਾ, ਇਹ ਮੈਂ ਸਮਝਦਾ ਐਡੀ ਵੱਡੀ ਜਿਹੜੀ ਹਸਤੀ ਹੈ ਉਹਨੂੰ ਵਿਵਾਦ ਵਿੱਚ ਪਾਉਣ ਵਾਲੀ ਗੱਲ। ਸੋ ਮੀਡੀਆ ਨੂੰ ਵੀ ਚਾਹੀਦਾ ਕਿ ਜਿਹੜੀ ਇਹੋ ਜਿਹੇ ਮੌਕੇ ਦੇ ਉੱਤੇ ਜਿਹੜੀ ਆ ਉਹਨਾਂ ਦੀ ਭਾਵਨਾ ਨੂੰ ਸਮਝਣ, ਉਹਨਾਂ ਦੀ ਜ਼ਿੰਮੇਵਾਰੀ ਨੂੰ ਸਮਝਣ ਔਰ ਇਸ ਤਰ੍ਹਾਂ ਉਹਨਾਂ ਦੇ ਸਟੇਟਮੈਂਟਾਂ ਨੂੰ ਪੇਸ਼ ਕਰਨਾ ਵਾਜਬ। ਸਰ, ਤੁਸੀਂ ਕਿਹਾ ਕਿ ਕੋਰਟ ਪਹਿਲਾਂ ਹੀ ਇਸ ਦੇ ਉੱਤੇ ਜਿਹੜੀ ਦੇ ਚੁੱਕੀ ਜਵਾਬ, ਕੀ ਰੂਲਿੰਗ ਕੀ ਕਹਿੰਦੀ ਹੈ, ਕਿਸ ਤਰੀਕੇ ਦੀ ਸਟੇਟਮੈਂਟ ਜਿਹੜੀ ਸੁਪਰੀਮ ਕੋਰਟ ਵੱਲੋਂ ਦਿੱਤੀ? ਦੇਖੋ, ਗੱਲ ਇਹ ਹੈ ਕਿ ਪਹਿਲਾਂ ਵੀ ਬਹੁਤ ਵਾਰੀ ਨਾਅਰੇਬਾਜ਼ੀ ਹੁੰਦੀ ਹੈ, ਹਾਲਾਂਕਿ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਹਮੇਸ਼ਾ ਬੇਨਤੀ ਕੀਤੀ ਜਾਂਦੀ ਹੈ ਪਰ ਭਾਵਕ ਮਾਹੌਲ ਹੁੰਦਾ ਉੱਥੇ, ਪਹਿਲਾਂ ਵੀ ਕਈ ਵਾਰੀ ਨਾਅਰੇ ਲੱਗੇ ਆ, ਖਾਲਿਸਤਾਨ ਦੇ ਵੀ ਨਾਅਰੇ ਲੱਗੇ ਔਰ ਅਦਾਲਤਾਂ ਦੇ ਵਿੱਚ ਵੀ ਇਹ ਕੇਸ ਕਈ ਵਾਰੀ ਚੱਲ ਚੁੱਕੇ ਆ ਕਿ ਪੀਸਫੁੱਲ ਤਰੀਕੇ ਦੇ ਨਾਲ ਕੋਈ ਲਾਵੇ ਅਤੇ ਅਦਾਲਤਾਂ ਨੇ ਵੀ ਹਮੇਸ਼ਾ ਕਿਹਾ ਕਿ ਇਸ ਗੱਲ ਦੇ ਉੱਤੇ ਨੋਟਿਸ ਨਹੀਂ ਲੈਣਾ ਚਾਹੀਦਾ। ਇਸ ਲਈ ਫਿਰ ਇਸ਼ੂ ਅਨਸੈਸਰਲੀ ਹਰ ਵਾਰੀ ਖੜ੍ਹਾ ਕਰਨਾ ਇਹ ਮੈਂ ਸਮਝਦਾ ਵਾਜਬ ਨਹੀਂ ਹੈ। ਕਿਸੇ ਦੀ ਆਪਣੀ ਕੋਈ ਵਿਚਾਰਧਾਰਾ ਹੋ ਸਕਦੀ ਹੈ, ਇਸ ਕਰਕੇ ਕੋਈ ਪੀਸਫੁੱਲੀ ਆਪਣਾ ਕੰਮ ਕਰਦਾ ਰਹੇ ਇਹਦੇ 'ਤੇ ਦੂਜੇ ਦਾ ਕਿਸੇ ਦਾ ਇਤਰਾਜ਼ ਨਹੀਂ ਬਣਦਾ। ਸਰ, ਕਾਂਗਰਸ ਦਾ ਇਸੇ ਰਿਐਕਸ਼ਨ ਹੈ ਕਿ ਅਕਾਲੀ ਦਲ ਜਾਣ ਬੁੱਝ ਕੇ ਇਸ ਤਰੀਕੇ ਦੀ ਅੱਜ ਦੇ ਦਿਨ ਉਹਨਾਂ ਨੇ ਚੁਣਿਆ ਅਤੇ ਉਹਨਾਂ ਦੀ ਰਣਨੀਤੀ ਸਾਫ਼ ਹੋ ਗਈ ਹੈ, ਉਹ ਕਿਵੇਂ ਜਿਹੜੇ ਉਹ ਦੇਸ਼ ਨੂੰ ਵੰਡਣਾ ਚਾਹੁੰਦੇ, ਪੰਜਾਬ ਨੂੰ ਵੰਡਣਾ ਚਾਹੁੰਦੇ, ਉਹਨਾਂ ਦੀ ਸਾਰੀ ਰਣਨੀਤੀ ਸਾਫ਼? ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਿਹਨੇ ਕੀਤਾ, ਦਰਬਾਰ ਸਾਹਿਬ ਦੇ ਉੱਤੇ ਹਮਲਾ ਕਿਹਨੇ ਕੀਤਾ, ਸਿੰਘਾਂ ਨੂੰ ਸ਼ਹੀਦ ਕਿਹਨੇ ਕੀਤਾ, ਜਿਹੜੇ ਸ਼ਰਧਾਲੂ ਸੀ ਉਸ ਦਿਨ ਮੱਥਾ ਟੇਕਣ ਆਏ ਉਹਨਾਂ ਨੂੰ ਸ਼ਹੀਦ ਕਿਹਨੇ ਕੀਤਾ? ਉਹ ਪਾਰਟੀ ਤਾਂ ਕਹੇਗੀ, ਕਿਉਂਕਿ ਜਦੋਂ ਤੁਸੀਂ ਇਹ ਯਾਦ ਮਨਾਉਂਦੇ ਹੋ ਅਤੇ ਉਹਨਾਂ ਦੇ ਜੁਲਮਾਂ ਦੀ ਦਾਸਤਾਨ ਜਿਹੜੀ ਹੈ ਉਹ ਦੁਬਾਰਾ ਲੋਕਾਂ ਨੂੰ ਇੱਕ ਵਾਰ ਯਾਦ ਆਉਂਦੀ ਹੈ ਅਤੇ ਉਹ ਪਾਰਟੀ ਨੇ ਕਹੇਗੀ ਤਾਂ ਹੋਰ ਕੌਣ ਕਹੇਗਾ? ਇਸ ਕਰਕੇ ਇਹਨਾਂ ਨੇ ਤਾਂ ਅਕਾਲ ਤਖਤ ਨਾਲ ਸ਼ੁਰੂ ਤੋਂ ਲੈ ਕੇ ਇਸ ਸੰਸਥਾ ਦੇ ਨਾਲ ਕਾਂਗਰਸ ਦੀ ਟੱਕਰ ਰਹੀ ਹੈ, ਇਹਨਾਂ ਨੇ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਨੁਕਸਾਨ ਕਰਨ ਦੀ, ਸਿਧਾਂਤਾਂ ਦਾ ਨੁਕਸਾਨ ਪਹੁੰਚਾਉਣ ਦੀ ਬੜੀਆਂ ਵੱਡੀਆਂ ਸਾਜ਼ਿਸ਼ਾਂ ਰਚੀਆਂ। ਇਸ ਕਰਕੇ ਹੋਰ ਤਾਂ ਕੋਈ ਬੋਲੇ ਨਾ ਬੋਲੇ, ਕਾਂਗਰਸ ਤਾਂ ਕੁਦਰਤੀ ਗੱਲ, ਕਿਉਂਕਿ ਅੱਜ ਦਾ ਦਿਨ ਜਿਹੜਾ ਕਾਂਗਰਸ ਦੇ ਜ਼ੁਲਮਾਂ ਦੀ ਯਾਦ ਕਰਾਉਂਦਾ, ਹੋਰ ਕਿਸ ਦਿਨ ਨੂੰ ਯਾਦ ਕਰਦੇ ਹਾਂ। ਧੰਨਵਾਦ ਜੀ।
बिल्कुल इसके डॉक्टर दलजीत सिंह चीमा जिन्होंने साफ किया कि जिहड़ा अकाल तख्त दे जथेदार वालों बयान दिता गया है उहदे च कुछ गलत नहीं है। हालांकि वो बयान कैटेगरीकली जिहड़ा दिता गया सीगा इस तो पहला जिहड़ा कोर्ट्स भी इस तरीके के जिहड़े है स्टेटमेंट्स दे चुकी है बयान दे चुकी है कि नारेबाजी करना कोई गलत नहीं हैगा ते सारे नूं हक है पीसफुली तरीके नाल कोई भी कर सकता। जिथे तक कांग्रेस का सवाल है कांग्रेस दी जब जहद के कारण ही अज का दिन जिहड़ा वो मनाया जाता है क्योंकि कांग्रेस ने जिस तरीके तशद ढाए हैं वो हर कोई उस नाल वाकिफ है ते अज का दिन भी कांग्रेसियों के लिए ही याद किया जा रहा है। जिहड़ा अज 36वीं वरेगंढ मनाई गई है वह भी कांग्रेस की ही देन है। चंडीगढ़ तो कैमरामैन प्रवीण पांडे के नाल अंकुश महाजन दैनिक सवेरा टीवी। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री 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 मियां रफीक मोहम्मद मोबाइल 84374 94647 84374 94648।